MH1 ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਲੈ ਕੇ ਹਾਜ਼ਰ ਹਾਂ ਖਬਰਾਂ ਪੰਜਾਬ ਤੋਂ। ਬੁਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ। ਦਿੱਲੀ ਵਿੱਚ ਮੁਨਾਫਾ ਅਹੁਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ 20 ਵਿਧਾਇਕ ਅਯੋਗ ਕਰਾਰ। ਹਾਈ ਕੋਰਟ ਨੇ ਆਪ ਵਿਧਾਇਕਾਂ ਨੂੰ ਲਗਾਈ ਫਟਕਾਰ, ਕਿਹਾ ਸਮੇਂ ਰਹਿੰਦੇ ਕਿਉਂ ਨਹੀਂ ਗਏ ਚੋਣ ਕਮਿਸ਼ਨ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਡਰੱਗ ਤਸਕਰੀ ਮਾਮਲੇ 'ਤੇ ਦਿੱਲੀ ਸੁਪਰੀਮ ਕੋਰਟ 'ਚ ਹੋਈ ਸੁਣਵਾਈ, ਪੰਜਾਬ ਸਰਕਾਰ ਨੇ ਜਵਾਬ ਦਾਖਲ ਕਰਨ ਲਈ ਮੰਗਿਆ ਸਮਾਂ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਸ਼ਵਨੀ ਸੇਖੜੀ ਨੂੰ ਬਟਾਲਾ ਦਾ ਮੰਤਰੀ ਕਹੇ ਜਾਣ 'ਤੇ ਸਿਆਸਤ ਗਰਮਾਈ, ਵਿਰੋਧੀ ਧਿਰ ਦੇ ਆਗੂਆਂ ਨੇ ਸਾਧਿਆ ਨਿਸ਼ਾਨਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਤਾ ਗਰੁੱਪ ਨੇ ਬਠਿੰਡਾ ਅਤੇ ਪਟਿਆਲਾ 'ਚ ਕੀਤਾ ਧਰਨਾ ਪ੍ਰਦਰਸ਼ਨ, ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ। ਰੋਪੜ ਥਰਮਲ ਪਲਾਂਟ ਬੰਦ ਕਰਨ ਦਾ ਮਾਮਲਾ, ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ, ਪੰਜਾਬ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਕਰਨ ਦੀ ਕੀਤੀ ਮੰਗ। ਅੰਮ੍ਰਿਤਸਰ ਦੇ ਕਰਨਵੀਰ ਸਿੰਘ ਨੂੰ 26 ਜਨਵਰੀ ਨੂੰ ਬਰੇਵਰੀ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ। ਸੜਕ ਹਾਦਸੇ 'ਚ 15 ਬੱਚਿਆਂ ਦੀ ਬਚਾਈ ਸੀ ਜਾਨ। ਗੁਰਦਾਸਪੁਰ ਵਿੱਚ ਕਬੀਰਪੰਥੀ ਸਮਾਜ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ, ਕਬੀਰ ਜਯੰਤੀ ਦੀ ਛੁੱਟੀ ਬਹਾਲ ਕਰਨ ਦੀ ਕੀਤੀ ਗਈ ਮੰਗ। ਹੁਣ ਖਬਰਾਂ ਵਿਸਥਾਰ ਦੇ ਨਾਲ। ਦਿੱਲੀ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡਾ ਝਟਕਾ ਲੱਗਿਆ। ਸੂਤਰਾਂ ਦੇ ਮੁਤਾਬਕ ਮੁਨਾਫੇ ਦੇ ਅਹੁਦੇ 'ਤੇ ਮਾਮਲੇ 'ਚ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਚੋਣ ਕਮਿਸ਼ਨ ਨੇ ਅਯੋਗ ਕਰਾਰ ਦਿੱਤਾ। ਚੋਣ ਕਮਿਸ਼ਨ ਨੇ ਆਪਣੀ ਰਿਪੋਰਟ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜ ਦਿੱਤੀ ਹੈ। ਉੱਧਰ ਹਾਈ ਕੋਰਟ ਨੇ ਵਿਧਾਇਕਾਂ ਨੂੰ ਫਟਕਾਰ ਲਗਾਈ ਹੈ ਕਿ ਉਹ ਸਮੇਂ ਰਹਿੰਦੇ ਹੋਏ ਚੋਣ ਕਮਿਸ਼ਨ ਕੋਲ ਕਿਉਂ ਨਹੀਂ ਗਏ। ਦੱਸਣਯੋਗ ਹੈ ਕਿ ਇਹਨਾਂ ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਏ ਜਾਣ ਤੋਂ ਬਾਅਦ ਹੀ ਇਹਨਾਂ ਦੀ ਮੈਂਬਰਸ਼ਿਪ 'ਤੇ ਖਤਰਾ ਬਣਿਆ ਹੋਇਆ ਸੀ। ਜੇ ਰਾਸ਼ਟਰਪਤੀ ਇਸ ਫੈਸਲੇ 'ਤੇ ਆਪਣੀ ਮੋਹਰ ਲਗਾ ਦਿੰਦੇ ਹਨ ਤਾਂ ਅਜਿਹੇ 'ਚ ਆਮ ਆਦਮੀ ਪਾਰਟੀ ਦੇ ਇਹਨਾਂ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਹਾਲਾਂਕਿ ਇਹਨਾਂ ਦੇ ਕੋਲ ਅਜੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣ ਦਾ ਰਸਤਾ ਬਚਿਆ ਹੋਇਆ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਹਾਈ ਕੋਰਟ ਨੇ ਵੀ ਫਟਕਾਰ ਲਗਾਈ ਹੈ। ਇਸ ਖਬਰ ਦੇ ਉੱਤੇ ਵਧੇਰੀ ਜਾਣਕਾਰੀ ਲਈ ਮੇਰੇ ਸਹਿਯੋਗੀ ਆਲੋਕ ਸਾਂਗਵਾਨ ਮੇਰੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਲੋਕ, ਕੀ ਕੁਝ ਅਪਡੇਟ ਹੁਣ ਇਸ ਖਬਰ ਦੇ ਵਿੱਚ ਸਾਨੂੰ ਸੁਣਨ ਨੂੰ ਮਿਲ ਰਹੇ ਨੇ? ਬਿਲਕੁਲ, ਦੇਖੀਏ, ਹਾਈ ਕੋਰਟ ਕੀ ਤਰਫ ਸੇ ਫਿਲਹਾਲ ਰਾਹਤ ਨਹੀਂ ਮਿਲੀ ਹੈ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਕੋ, ਕਿਉਂਕਿ ਜਿਸ ਤਰੀਕੇ ਸੇ 20 ਵਿਧਾਇਕੋਂ ਕੋ ਲੇਕਰ ਹਾਈ ਕੋਰਟ ਕਾ ਰੁਖ ਕੀਆ ਗਯਾ ਥਾ। ਹਾਈ ਕੋਰਟ ਨੇ ਕਹਾ ਕਿ ਫਿਲਹਾਲ ਫੌਰੀ ਤੌਰ ਪਰ ਵੋ ਰਾਹਤ ਨਹੀਂ ਦੇ ਸਕਤੇ ਹੈ ਔਰ ਜਿਸ ਤਰੀਕੇ ਕੀ ਤਮਾਮ ਸਥਿਤੀ ਹੈ ਵੈਸੇ ਮੇਂ ਹਾਈ ਕੋਰਟ ਨੇ ਆਪਣੀ ਤਰਫ ਸੇ ਫਟਕਾਰ ਵੀ ਲਗਾਈ ਕਿ ਆਖਿਰ ਬਾਰ ਬਾਰ ਇਲੈਕਸ਼ਨ ਕਮਿਸ਼ਨ ਪੇ ਬੁਲਾਨੇ ਪਰ ਕਿਉਂ ਨਹੀਂ ਗਏ, ਆਪ ਇਲੈਕਸ਼ਨ ਕਮਿਸ਼ਨ ਕੇ ਸੰਪਰਕ ਮੇਂ ਕਿਉਂ ਨਹੀਂ ਰਹੇ ਔਰ ਇਸੀ ਲਈ ਉਹਨਾਂ ਨੇ ਕਹਾ ਕਿ ਤੁਰੰਤ ਪ੍ਰਭਾਵ ਸੇ ਇਸ ਬਾਤ ਪਰ ਕੋਈ ਫੈਸਲਾ ਨਹੀਂ ਲਿਆ ਜਾ ਸਕਤਾ ਔਰ ਸੋਮਵਾਰ ਤੱਕ ਫਿਲਹਾਲ ਇਹ ਜੋ ਯਾਚਿਕਾ ਹੈ ਇਸ ਪਰ ਸੁਣਵਾਈ ਟਾਲ ਦਿੱਤੀ ਗਈ ਹੈ ਤੋ ਸੋਮਵਾਰ ਕੋ ਆਪਣੀ ਤਰਫ ਸੇ ਹਾਈ ਕੋਰਟ ਇਸ ਮਸਲੇ ਪਰ ਸੁਣਵਾਈ ਕਰੇਗਾ ਔਰ ਇਹ ਦੇਖਾ ਗਾ ਕਿ ਕਿਆ ਜਿਸ ਤਰੀਕੇ ਸੇ ਆਮ ਆਦਮੀ ਪਾਰਟੀ ਇਸ ਮਾਮਲੇ ਪਰ ਆਪਣਾ ਪਕਸ਼ ਰੱਖ ਰਹੀ ਹੈ ਉਸ ਤਮਾਮ ਪਕਸ਼ ਮੇਂ ਕਿਸ ਤਰੀਕੇ ਕੀ ਚੀਜ਼ੇ ਹੈ ਔਰ ਉਨਕੋ ਦੇਖਤੇ ਹੋਏ ਹਾਈ ਕੋਰਟ ਕਿਸ ਤਰ੍ਹਾਂ ਕਾ ਰੁਖ ਅਪਣਾਤਾ ਹੈ ਇਹ ਦੇਖਣਾ ਹੋਗਾ। ਜੀ ਬਿਲਕੁਲ ਅਲੋਕ, ਹੁਣ ਜਿਹੜੀ ਹੈ ਮੁਸ਼ਕਿਲ ਹੈ ਉਹ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਆਮ ਆਦਮੀ ਪਾਰਟੀ ਦੇ ਲਈ ਅਤੇ ਹੁਣ ਜਿਹੜਾ ਆਖਰੀ ਦਰਵਾਜ਼ਾ ਬਚਿਆ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਬਚਿਆ। ਹਾਈ ਕੋਰਟ ਨੇ ਵੀ ਫਟਕਾਰ ਲਗਾਤੀ। ਜੇਕਰ ਸਾਈਡ ਇਫੈਕਟਸ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲ ਸਕਦਾ ਹੈ, ਜੇਕਰ ਬਾਈ ਇਲੈਕਸ਼ਨ ਦੀ ਵੀ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਦੁਬਾਰਾ ਤੋਂ ਹੋ ਸਕਦੇ ਹਨ? देखिए, जिस तरीके से 20 विधायकों की सदस्यता पर खतरा है और उस खतरे को देखते हुए आम आदमी पार्टी ने हाईकोर्ट का रुख किया और हाईकोर्ट ने सोमवार तक इस मामले पर सुनवाई टाल दी है तो कहीं ना कहीं स्थिति जो है वैसी गंभीर बनी हुई है और आम आदमी पार्टी अपनी तरफ से पूरी कोशिश कर रही है कि इस मसले पर कहीं ना कहीं कानूनी लड़ाई लड़ी जाए और आम आदमी पार्टी की जो कोशिश है उसके बीच में तमाम चीजों को देखते हुए ये लगता है कि आम आदमी पार्टी इस मसले पर पहले जो कानूनी राय लेगी और उसके बाद आम आदमी पार्टी अपनी तरफ से कोशिश करेगी कि इस मसले पर जो राजनीतिक तौर पर लाभ मिल सके, मगर यदि किसी तरह की जो 20 विधायकों की सदस्यता रद्द होती है तो ऐसी स्थिति में जाहिर तौर पर बाई इलेक्शन की स्थिति बनती है और तमाम जो पॉलिटिकल पार्टीज हैं वो अपनी तरफ से इस बात पर निगाह लगाई हुई है कि जब भी बाई इलेक्शन होगा तो जिस तरीके से कांग्रेस ही चाहती है कि उनके विधायकों की एंट्री भी विधानसभा में बाई इलेक्शन के जरिए हो सके और बीजेपी भी ये चाहती है कि उसके विधायकों की संख्या इस बाई इलेक्शन के जरिए बढ़ सके तो तमाम जो राजनीतिक हालात हैं वो साफ होंगे जब हाईकोर्ट अपना सोमवार को जो फैसला है वो यदि सुनाता है और वैसे में देखना ये होगा कि क्या आम आदमी पार्टी इस मसले को लेकर सुप्रीम कोर्ट में फिर जाती है या नहीं जाती है और क्या जो राष्ट्रपति हैं वो कब तक इस मसले पर निर्णय लेते हैं। जी
ਅਲੋਕ ਰਾਜਨੀਤਿਕ ਕਰਨ ਦੀ ਗੱਲ ਤੁਸੀਂ ਕਹੀ, ਲੇਕਿਨ ਹਾਈ ਕੋਰਟ ਨੇ ਵੀ ਇੱਕ ਫਟਕਾਰ ਲਗਾਉਂਦੇ ਹੋਏ ਇਹ ਗੱਲ ਕਹੀ ਕਿ ਤੁਸੀਂ ਸਮੇਂ ਰਹਿੰਦੇ ਹੋਏ ਚੋਣ ਕਮਿਸ਼ਨ ਦੇ ਕੋਲ ਕਿਉਂ ਨਹੀਂ ਗਏ? ਬਿਲਕੁਲ ਦੇਖੀ, ਕਿਉਂਕਿ ਇਲੈਕਸ਼ਨ ਕਮਿਸ਼ਨ ਨੇ 11 ਬਾਰ ਤਮਾਮ ਜੋ ਵਿਧਾਇਕ ਥੇ ਉਨਕੋ ਬੁਲਾਇਆ ਗਿਆ ਥਾ ਔਰ ਯੇ ਕਹਾ ਗਿਆ ਥਾ ਕਿ ਵੋ ਯਹਾਂ ਪਰ ਆਕਰ ਆਪਣਾ ਰੁਖ ਸਪਸ਼ਟ ਕਰੇ ਕਿ ਆਖਿਰ ਕਿਆ ਚੀਜ਼ੇ ਹੈ, ਕਿਸ ਤਰੀਕੇ ਸੇ ਵੋ ਦੇਖਤੇ ਹੈ ਔਰ ਕਿਸ ਤਰੀਕੇ ਸੇ ਮਾਨਤੇ ਹੈ ਕਿ ਜੋ ਸੰਸਦੀਏ ਸਚਿਵ ਹੈ ਉਨ੍ਹੋਂਨੇ ਲਾਭ ਨਹੀਂ ਲਿਆ ਕਿਸੀ ਵੀ ਤਰੀਕੇ ਸੇ ਇਸ ਪਦ ਪਰ ਰਹਤੇ ਹੋਏ। ਤੋ ਤਮਾਮ ਜੋ ਆਫਿਸ ਆਫ ਪ੍ਰੋਫਿਟ ਕਾ ਮਾਮਲਾ ਥਾ ਉਸਕੋ ਲੇਕਰ ਬਾਰ ਬਾਰ ਇਲੈਕਸ਼ਨ ਕਮਿਸ਼ਨ ਨੇ ਕਹਾ ਕਿ ਤਮਾਮ ਵਿਧਾਇਕ ਆਕਰ ਰੁਖ ਸਪਸ਼ਟ ਕਰੇ, ਮਗਰ ਵਿਧਾਇਕ ਜੋ ਹੈ ਵੋ ਇਲੈਕਸ਼ਨ ਕਮਿਸ਼ਨ ਜਾਣੇ ਮੇ ਪਰਹੇਜ਼ ਰੱਖਤੇ ਰਹੇ। ਕੁਛ ਵਿਧਾਇਕੋ ਨੇ ਆਪਣਾ ਰੁਖ ਰੱਖਾ ਮਗਰ ਕੁਛ ਵਿਧਾਇਕੋ ਨੇ ਬਾਰ ਬਾਰ ਬੁਲਾਣੇ ਪਰ ਨਹੀਂ ਗਏ। ਤੋ ਇਲੈਕਸ਼ਨ ਕਮਿਸ਼ਨ ਕਿ ਜਿਸ ਤਰੀਕੇ ਕਾ ਰੁਖ ਥਾ ਉਸਕੇ ਬਾਅਦ ਹਾਈ ਕੋਰਟ ਨੇ ਸਾਫ ਤੌਰ ਪਰ ਇਹ ਕਹਾ ਕਿ ਆਪ ਇਲੈਕਸ਼ਨ ਕਮਿਸ਼ਨ ਕੇ ਸੰਪਰਕ ਮੇ ਕਿਉਂ ਨਹੀਂ ਰਹੇ, ਕਿ ਆਪ ਖੁਦ ਇਹ ਤੈਅ ਕਰਤੇ ਹੈ ਕਿ ਆਖਿਰ ਕਿਸ ਵਕਤ ਆਪਕੋ ਆਪਣਾ ਨਿਰਣੈ ਦੇਣਾ ਹੈ, ਕਿਸ ਵਕਤ ਆਪਕਾ ਪਕਸ਼ ਰੱਖਣਾ ਹੈ। ਇਹ ਜੋ ਤਮਾਮ ਚੀਜ਼ੇ ਹੈ ਇਨਕੋ ਲੇਕਰ ਇਲੈਕਸ਼ਨ ਕਮਿਸ਼ਨ ਨੇ ਫਟਕਾਰ ਲਗਾਈ ਹੈ ਔਰ ਇਹ ਕਹਾ ਹੈ ਕਿ ਆਪ ਇਲੈਕਸ਼ਨ ਕਮਿਸ਼ਨ ਕੇ ਬੁਲਾਏ ਜਾਣੇ ਪਰ ਨਹੀਂ ਗਏ। ਬਿਲਕੁਲ ਅਲੋਕ, ਬਹੁਤ ਬਹੁਤ ਧੰਨਵਾਦ ਸਾਨੂੰ ਤਮਾਮ ਜਾਣਕਾਰੀ ਦੇਣ ਲਈ। ਹੁਣ ਵੇਖਣਾ ਹੋਏਗਾ ਕਿ ਸੋਮਵਾਰ ਨੂੰ ਹਾਈ ਕੋਰਟ ਦੇ ਵਿੱਚ ਕੀ ਕੁਝ ਦਲੀਲਾਂ ਰੱਖੀਆਂ ਜਾਂਦੀਆਂ ਔਰ ਕੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਜਾਂ ਫਿਰ ਆਮ ਆਦਮੀ ਪਾਰਟੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਅਤੇ ਸੋਮਵਾਰ ਦੀ ਜਿਹੜੀ ਡੇਟ ਹੈ, ਸੋਮਵਾਰ ਦੀ ਜਿਹੜੀ ਦਲੀਲ ਹੈ, ਉਹ ਇਸ ਚੀਜ਼ ਨੂੰ ਤੈਅ ਕਰਨਗੀਆਂ। ਫਿਲਹਾਲ ਅੱਗੇ ਵਧਦਿਆਂ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਡਰੱਗ ਤਸਕਰੀ ਮਾਮਲੇ 'ਤੇ ਦਿੱਲੀ ਦੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਤਹਿਤ ਆਪਣਾ ਜਵਾਬ ਦਾਖਲ ਕਰਨ ਲਈ 6 ਹਫ਼ਤਿਆਂ ਦਾ ਸਮਾਂ ਮੰਗਿਆ, ਜਿਸਦੇ ਚਲਦੇ ਕੋਰਟ ਨੇ ਪੰਜਾਬ ਸਰਕਾਰ ਦੀ ਇਸ ਮੰਗ ਨੂੰ ਸਵੀਕਾਰ ਕਰ ਲਿਆ। ਹੁਣ ਮਾਮਲੇ ਦੀ ਅਗਲੀ ਸੁਣਵਾਈ 8 ਹਫ਼ਤਿਆਂ ਬਾਅਦ ਹੋਵੇਗੀ। ਦੱਸਣਯੋਗ ਹੈ ਕਿ ਡਰੱਗ ਤਸਕਰੀ ਮਾਮਲੇ 'ਚ ਸੁਖਪਾਲ ਖਹਿਰਾ ਦੇ ਖਿਲਾਫ਼ ਫਾਜ਼ਿਲਕਾ ਕੋਰਟ ਨੇ ਸੰਮਨ ਜਾਰੀ ਕੀਤੇ ਸਨ, ਜਿਸ 'ਤੇ ਰੋਕ ਲਗਾਉਣ ਲਈ ਖਹਿਰਾ ਨੇ ਪੰਜਾਬ ਸਰਕਾਰ, ਅਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿੱਥੇ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਉਹਨਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ। ਅੱਗੇ ਵਧਦੇ ਹਾਂ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਆਗੂ ਅਸ਼ਵਨੀ ਸੇਖੜੀ ਨੂੰ ਬਟਾਲਾ ਦਾ ਮੰਤਰੀ ਕਹੇ ਜਾਣ ਦੇ ਬਿਆਨ 'ਤੇ ਸਿਆਸਤ ਗਰਮਾ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਸਿੱਧੂ ਦੇ ਇਸ ਬਿਆਨ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਸੈਸ਼ਨ 'ਚ ਜ਼ਰੂਰ ਚੁੱਕਣਗੇ। ਉੱਧਰ ਬੀਜੇਪੀ ਆਗੂ ਅਤੇ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਨੇ ਵੀ ਇਸ ਮਾਮਲੇ 'ਤੇ ਆਪਣਾ ਪ੍ਰਤੀਕਰਮ ਦਿੱਤਾ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਬਟਾਲਾ 'ਚ ਵਿਸ਼ਵਾਮਿੱਤਰ ਸੇਖੜੀ ਕਾਲਜ 'ਚ ਕਰਵਾਏ ਗਏ ਯੂਥ ਫੈਸਟੀਵਲ 'ਚ ਸ਼ਾਮਿਲ ਹੋਏ, ਜਿੱਥੇ ਉਹਨਾਂ ਸੰਬੋਧਨ ਦੌਰਾਨ ਕਾਲਜ ਦੇ ਮਾਲਕ ਅਸ਼ਵਨੀ ਸੇਖੜੀ ਨੂੰ ਬਟਾਲਾ ਦਾ ਮੰਤਰੀ ਕਹਿ ਦਿੱਤਾ ਸੀ। ਪਿਛਲੀ ਵਾਰ ਵੀ ਕਹਿ ਕੇ ਗਿਆ ਸੀਗਾ ਕਿ ਇੱਥੇ ਬਟਾਲੇ ਦਾ ਅਗਰ ਕੋਈ ਲੋਕਲ ਸੈਲਫ ਗਵਰਨਮੈਂਟ ਦਾ ਮੰਤਰੀ ਹੈ ਤੇ ਉਹ ਅਸ਼ਵਨੀ ਸੇਖੜੀ ਹੈ, ਤੇ ਫਿਰ ਮੇਰੇ ਤੋਂ ਇਜਾਜ਼ਤ ਲੈਣ ਦੀ ਕੀ ਲੋੜ ਹੈ? ਇੱਕ ਨਾਲੇ ਦੇ ਉੱਤੇ ਉਹਨੂੰ ਕਵਰ ਕਰਕੇ ਦੁਕਾਨਾਂ ਪਾਉਣੀਆਂ, ਦੁਕਾਨਾਂ ਪਾ ਕੇ ਪੈਸੇ ਕਮਾ ਕੇ ਬਟਾਲੇ ਤੇ ਵਾਪਸ ਲਾਉਣੇ ਆ, ਇਹ ਤੇ ਇਬਾਦਤ ਹੋਈ, ਇਬਾਦਤ ਹੋਈ ਨਾ। ਇਸ ਕਰਕੇ ਮੈਂ ਇਹਨਾਂ ਨੂੰ ਲਿਖਤੀ ਤੌਰ ਤੇ ਪਰਮਿਸ਼ਨ ਭੇਜ ਦੂੰਗਾ। ਇਹ ਜੋ ਕਰਨਾ ਹੈ, ਜੋ ਨਿਰਣੇ ਲੈਣੇ ਉਹ ਤੁਸੀਂ ਲੈਣੇ ਆ। ਬੱਸ ਦੇ ਵਿੱਚ ਚੜੋ ਤੇ ਫੱਟੀ ਲੱਗੀ ਹੁੰਦੀ ਹੈ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਤੁਸੀਂ ਬਟਾਲੇ ਦੀ ਆਪ ਜ਼ਿੰਮੇਵਾਰ ਹੋ। ਮੈਂ ਤੁਹਾਨੂੰ ਇਹ ਅਨੁਮਤੀ 200% ਦਿੰਦਾ, ਤੁਹਾਨੂੰ ਬੋਰ ਲਾਉਣ ਦੀ ਵੀ ਅਨੁਮਤੀ ਦਿੰਦਾ, ਤੇ ਤੁਹਾਨੂੰ ਬਟਾਲੇ ਦੇ ਲਈ ਪੈਸੇ ਕਮਾ ਕੇ ਬਟਾਲੇ ਤੇ ਲਾਉਣ ਦੀ ਵੀ ਅਨੁਮਤੀ ਦਿੰਦਾ। ਜੇ ਸਿੱਧੂ ਸਾਹਿਬ ਨੇ ਗੱਲ ਕਹੀ ਹੈ ਤਾਂ ਮੈਂ ਕਹਿੰਦਾ ਬਹੁਤ ਗੈਰ ਜ਼ਿੰਮੇਦਾਰਾਨਾ ਗੱਲ ਹੈ, ਔਰ ਸਿੱਧੂ ਸਾਹਿਬ ਨੂੰ ਐਸੀ ਗੱਲ ਨਹੀਂ ਕਹਿਣੀ ਚਾਹੀਦੀ। ਜਿਹੜਾ ਆਪਣੇ ਆਪ ਨੂੰ ਸੁੱਚਾ ਉੱਚਾ ਕਹਿੰਦਾ ਹੋਏ ਉਹਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਔਰ ਜੇ ਗ੍ਰਾਂਟ ਦਿੱਤੀ ਹੈ ਤਾਂ ਉਹ ਗ੍ਰਾਂਟ ਯੂਜ਼ ਨਹੀਂ ਹੋਣੀ ਚਾਹੀਦੀ। ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਇਹਦੀ ਸਾਰੀ ਛਾਣਬੀਨ ਕਰਨ, ਔਰ ਇਸ ਕਾਲਜਾਂ ਦੀ ਜਿਹੜੀ ਪਹਿਲੇ ਗ੍ਰਾਂਟ ਵੰਡੀ ਗਈ ਸੀ, ਗ੍ਰਾਂਟ ਇਨ ਏਡ ਹੁੰਦੀ ਗਰੀਬ ਬੱਚਿਆਂ ਨੂੰ ਮਿਲਦੀ ਹੈ, ਉਹਦਾ ਸਾਰਾ ਇਨਕੁਆਇਰੀ ਕੀਤੀ ਜਾਏ ਜੇ ਬਾਕੀਆਂ ਕਾਲਜਾਂ ਸਕੂਲਾਂ 'ਚ ਕਰ ਸਕਦੇ। ਅਤੇ ਇੱਥੇ ਤਾਂ ਅੱਗੇ ਦਾਗ ਹੀ ਸੀਗਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਮੋਹਰ ਲਾ ਗਿਆ ਵੀ ਇਹਦੇ ਦਾਗ ਨਹੀਂ। ਨਵਜੋਤ ਸਿੰਘ ਸਿੱਧੂ ਮਤਲਬ ਰੱਬ ਹੋ ਗਿਆ ਸਾਡਾ, ਜਿਹਨੂੰ ਕਹੇਗਾ ਉਹ ਹੋ ਜਾਏਗਾ, ਜਿਹਨੂੰ ਕਹੇਗਾ ਨਹੀਂ ਹੋਏਗਾ। ਸਾਡਾ ਰੱਬ ਨਵਜੋਤ ਸਿੱਧੂ ਨਹੀਂ, ਸਾਡਾ ਰੱਬ ਜੋ ਹੈ ਸਾਡੀ ਜਨਤਾ। ਅੱਗੇ ਵਧਿਆ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਤਾ ਗਰੁੱਪ ਵੱਲੋਂ ਕਰਜ਼ ਮੁਆਫੀ ਨੂੰ ਲੈ ਕੇ ਬਠਿੰਡਾ ਦੇ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼
नारेबाजी भी की गई। उन्होंने मांग की कि कांग्रेस सरकार जिन्हों वादियां नाल सत्ता विच आई सी वो वादे पूरे किए जाण। यूनियन के मैंबरस ने कहा कि सरकार उन्होंने वादे पूरे नहीं करती तो संघर्ष होर तेज़ किया जाएगा। उधर पटियाला के डिप्टी कमिश्नर के दफ्तर के बाहर भी यूनियन के मैंबरस ने प्रदर्शन किया और पंजाब सरकार खिलाफ नारेबाजी की। उन्होंने कहा कि जे सरकार ने उन्हां दियां मंगां नहीं मनिया तो 7 फरवरी नूं पूरे पंजाब च धरना प्रदर्शन अणमिथे समय लई शुरू किया जाएगा। सरकार ते जिस तरह उन्होंने वादे किए भरोसा तो नहीं रहा, क्योंकि कैप्टन साहब ने अपनी हिक थापड़ी सी कि 3 तरह का करजा आड़ता बैंकों का कोपरेट सोसायटियां का वो करजा अज तो बाद मेरा हो गया, पर हुण जदों करजे माफ़ी की गल की आ 2.5 एकड़ से 5 एकड़ के किसानों की आ 2.5 एकड़ वाले किसानों जो भी बहुत सारे किसान यह जे भी इस जिहड़ी स्कीम सी उहदे विचों वांझे रह गए। इस तो बाद असी यह भी मंग करते हैं कि ये करजे सारे जिहड़े पीड़ित किसान उन्हां दा खत्म करके अगे तो लंबी म्याद के करजे जिहड़े घट ब्याज से यह दिते जाण तां पंजाब दा किसान बच सकदा। जेकर यह साडी मंग नहीं पूरी हुंदी आपदा वादे नूं पंजाब सरकार नहीं निभाउंदी तो यह संघर्ष असी इस तो अगे होर तिखा करांगे। अगे वध्या गुरदासपुर विच कबीरपंथी समाज ने डिप्टी कमिश्नर के दफ्तर के बाहर प्रदर्शन किया ते पंजाब सरकार खिलाफ नारेबाजी की। प्रदर्शनकारियों ने सरकार नूं अल्टीमेटम दिता है कि जे कबीर जयंती की छुट्टी बहाल ना की गई तो 26 जनवरी नूं गुरदासपुर च आ रहे कैबिनेट मंत्री चरणजीत सिंह चन्नी का घिराव किया जाएगा। अज डीसी साहब नूं मंग पत्र दिता जा रहा है कि जिहड़ा पंजाब सरकार नूं पंजाब सरकार तक पहुँच जाए कि ये जिहड़ियां सभावां ने सारियां इकट्ठियां होकर गुरु कबीर साहब की जिहड़ी जयंती है उहदी जिहड़ी छुट्टी की जिहड़ी हैगी उहनूं वापस करन की जिहड़ी मंग कर रहे हैं। ये जिहड़ा मैसेज असीं डीसी साहब दे तरफों उन्हां तक पहुँचाने की कोशिश कर रहे हैं। संतां दी अगवाई दे विच जिहड़ा ही संत गुरु सिंह कानूवान बंदी छोर आश्रम कबीर साहब जिहड़ा उहनां दी अगवाई विच जिहड़ा डीसी साहब नूं मंग पत्र, डीसी साहब दा ही बहुत धन्नवाद है जिन्हां ने बाहर आण के साडा मंग पत्र लै के और सरकार तक पहुँचाउण दा और छुट्टी कराउण दा भरोसा दिता वा। ये अज का प्रोग्राम और अही एक सरकार नूं चेतावनी दिंदे आ कि 26 तरीक नूं जिदन श्री चरणजीत सिंह चन्नी तकनीकी सिक्ख्या मंत्री गणतंत्र दिवस के उत्ते झंडा लहराउणगे इस तों भी वध समाज इकट्ठा करके और उन्हां दा विरोध करांगे, नहीं तो सरकार 26 तरीक तों पहलां साडी जिहड़ी कबीर साहब की गस्टर छुट्टी नूं जिहड़ा राखवां कीती गई आ गस्टर छुट्टी नूं बहाल करे। और अही सरकार को मंग करदे आ भी जी कि फार्मूले तहत जी छुट्टी जी राखवी की गई है, सरकार जो फार्मूला दसे तो ये छुट्टी बहाल करे। इस अज के इस बुलेटिन फिलहाल इन्ना ही। मैं हरकीरत सिंह आलूवाले तो मेरी पूरी टीम ने दो इजाजत, धन्यवाद, सत श्री अकाल।